ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਅਤੇ ਅੱਜ ਆਪਾਂ ਚੱਲੇ ਹਾਂ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ, ਅਤੇ ਤੁਸੀਂ ਵੀ ਸਾਡੇ ਨਾਲ ਚੱਲੋ ਸਾਰੇ ਜਣੇ, ਅਤੇ ਰੱਬ ਤੋਂ ਦੁਆ ਮੰਗ ਕੇ ਆਈਏ ਵੀ ਸਾਡੇ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ, ਅਤੇ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ। ਠੀਕ ਹੈ ਜੀ, ਅਤੇ ਆਪਾਂ ਹੋ ਗਏ ਜੀ ਰੈਡੀ, ਅਤੇ ਤੁਸੀਂ ਵੀ ਹੋ ਜਾਓ ਰੈਡੀ, ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਮੱਥਾ ਟੇਕਣ। ਠੀਕ ਹੈ ਜੀ, ਆ ਜਾਓ ਫਿਰ। ਲਓ ਜੀ, ਆਪਾਂ ਚੱਲ ਪਏ ਹਾਂ ਜੀ ਘਰੋਂ, ਅਤੇ ਬਾਹਰ ਕੁਛ ਦੇਖ ਨਹੀਂ ਰਿਹਾ ਕਿਉਂਕਿ ਬਾਹਰ ਹਨੇਰਾ ਬਹੁਤ ਆ, ਅਤੇ ਆਪਾਂ ਤੁਹਾਨੂੰ ਥੋੜ੍ਹਾ ਥੋੜ੍ਹਾ ਦਿਖਾ ਕੇ ਅਤੇ ਉਦੋਂ ਬਾਅਦ ਸਿੱਧਾ ਅੰਮ੍ਰਿਤਸਰ ਪਹੁੰਚ ਕੇ ਦਰਸ਼ਨ ਕਰਵਾਵਾਂਗੇ। ਠੀਕ ਹੈ ਜੀ, ਅਤੇ ਬਣੇ ਰਹੋ ਤੁਸੀਂ ਮੇਰੇ ਨਾਲ ਇਸ ਬਲੌਗ ਦੇ ਵਿੱਚ, ਮਿਲਦੇ ਹਾਂ ਜੀ ਆਪਾਂ। ਲਓ ਜੀ, ਆਪਾਂ ਜਾ ਰਹੇ ਹਾਂ ਦਰਬਾਰ ਸਾਹਿਬ, ਅਤੇ ਸਾਹਮਣੇ ਆ ਗਿਆ ਟੋਲ ਟੈਕਸ, ਅਤੇ ਘਰੋਂ ਚੱਲ ਕੇ 80 ਕਿਲੋਮੀਟਰ ਆ ਗਏ ਹਾਂ। ਦੇਖਦੇ ਹਾਂ ਕਿੰਨੇ ਕੁ ਪੈਸੇ ਕੱਟੇ ਆਣਗੇ, ਪਰ ਸਾਡੇ ਕੋਲ ਮੈਸੇਜ ਆਉਣਾ ਨਹੀਂ ਗਾ, ਉਹ ਬੰਦਾ ਘਰੇ ਆ ਜਿਹਦੇ ਕੋਲ ਮੈਸੇਜ ਆਊਗਾ। ਟੋਲ ਟੈਕਸ ਕਟਾ ਕੇ ਫਿਰ ਆਪਾਂ ਟੈਂਕੀ ਕਰਾ ਲੈਣੀ ਹੈ ਜੀ ਫੁੱਲ, ਅਤੇ ਫਿਰ ਚੱਲੇ ਪਾਵਾਂਗੇ ਅੱਗੇ। ਬਣੇ ਰਹੋ ਤੁਸੀਂ ਮੇਰੇ ਨਾਲ ਇਸ ਬਲੌਗ ਦੇ ਵਿੱਚ। ਚੜ੍ਹ ਗਈ ਗੱਡੀ ਦੇ ਪਿੱਛੇ ਲਿਖਿਆ ਜੀ, ਪੱਤੇ ਝੜ ਗਏ ਨੇ ਬੋੜਾਂ ਤੋਂ, ਦੁਨੀਆ ਮਤਲਬ ਦੀ ਜ਼ਰਾ ਬਚ ਕੇ ਮੋੜਾਂ ਤੋਂ। ਘੈਂਟ ਆ ਜੀ। ਲਓ ਜੀ, ਗੱਡੀ ਨੇ ਬੱਤੀ ਜਗਾਤੀ ਅਤੇ ਆਪਾਂ ਪਵਾ ਲਈਏ ਤੇਲ 'ਚ। ਪੰਜਾਬ 'ਚ ਕਹਿੰਦੇ ਡੀਲ ਬਹੁਤ ਸਸਤਾ, ਜਿਹੜਾ ਬੰਦਾ ਪਿੱਛੇ ਬੈਠਾ ਉਹ ਗਰੀਬ ਆ, ਉਹਨੇ ਪੈਸੇ ਦੇਣੇ ਆ, ਤਾਂ ਕਰਕੇ ਕਹਿੰਦਾ ਉਹ ਭਰਾਵਾ ਇਹਨਾਂ ਕੋਲ ਬੰਦਾ ਇੱਕ ਹੀ ਆ, ਤਾਂ ਕਰਕੇ ਬੰਦਾ ਇੱਕ ਹੀ ਆ। ਭਰਾ ਲਈਏ ਟੈਂਕੀ ਹੁਣ, ਨਹੀਂ 88 ਰੁਪਏ ਬੱਤਰ। ਹਾਂ ਲਓ ਜੀ, ਟੈਂਕੀ ਹੋ ਗਈ ਫੁੱਲ, ਅਤੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਨੂੰ, ਅਤੇ ਰਾਹ 'ਚ ਪੀਂਦੇ ਹਾਂ ਕਿਤੇ ਚਾਹ। ਆ ਜਾਓ ਜੀ। ਲਓ ਜੀ, ਆਪਾਂ ਆ ਗਏ ਜੀ ਬਠਿੰਡੇ ਤੋਂ ਕੋਟਕਪੁਰੇ ਰੋਡ 'ਤੇ, ਢਾਬਾ, ਟਰੱਕ ਬਹੁਤ ਖੜ੍ਹੇ ਆ, ਅਤੇ ਢਾਬੇ ਦਾ ਨਾਮ ਹੈਗਾ ਦਾ ਨਿਊ ਲੱਕੀ ਢਾਬਾ, ਅਤੇ ਇੱਥੇ ਆਪਾਂ ਖਾਂਦੇ ਪੀਂਦੇ ਹਾਂ, ਅਤੇ ਫਿਰ ਚੱਲਦੇ ਹਾਂ ਅੱਗੇ। ਆ ਜਾਓ, ਰੋਟੀ ਆਪਾਂ ਖਾ ਲਈ ਆ, ਬਹੁਤ ਸਵਾਦ ਸੀਗੀ, ਅਤੇ ਭੁੱਖ ਜ਼ਿਆਦਾ ਲੱਗੀ ਸੀਗੀ, ਵੀਡੀਓ ਬਣਾਉਣੀ ਭੁੱਲ ਗਿਆ, ਸੋ ਘੈਂਟ ਰੋਟੀ ਸਾਰਾ ਕੁਝ ਬਹੁਤ ਵਧੀਆ। ਲਓ ਜੀ, ਆਪਾਂ ਇੱਕ ਹੋਰ ਥਾਂ 'ਤੇ ਰੁਕ ਗਏ ਹੁਣ ਚਾਹ ਪੀਣ ਲਈ, ਨੀਂਦ ਬਹੁਤ ਆਉਣ ਲੱਗ ਗਈ ਸੀਗੀ, ਅਤੇ ਇਹ ਢਾਬਾ ਹੈਗਾ ਨਾਜ ਢਾਬਾ, ਇਹ ਹੈਗਾ ਜੀ ਤਰਨ ਤਾਰਨ ਤੋਂ ਅੱਗੇ ਅਤੇ ਅੰਮ੍ਰਿਤਸਰ ਦੇ ਨੇੜੇ। ਟਰੱਕ ਵੀ ਕਾਫੀ ਖੜ੍ਹੇ ਆ, ਅਤੇ ਕੁਛ ਦਿਖ ਤਾਂ ਰਿਹਾ ਨਹੀਂ ਹੈ ਕੋਈ ਵੀ, ਚਾਹ ਪੀਣ ਲਈ ਰੁਕੇ ਹਾਂ। ਚਲੋ ਜੀ, ਸਾਡੇ ਬੰਦਿਆਂ ਨੇ ਚਾਹ ਪੀ ਲਈ ਆ, ਅਤੇ ਹੁਣ ਆਪਾਂ ਚੱਲਦੇ ਹਾਂ। ਲਓ ਜੀ, 2:19 ਹੋ ਗਏ ਅਤੇ ਆਪਾਂ ਪਹੁੰਚ ਗਏ ਜੀ ਅੰਮ੍ਰਿਤਸਰ ਸਾਹਿਬ, ਅਤੇ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ ਆਪਾਂ, ਪਹੁੰਚਦੇ ਹਾਂ, ਤੁਸੀਂ ਵੀ ਆਓ ਨਾਲ। ਲਓ ਜੀ, ਦਰਬਾਰ ਸਾਹਿਬ ਦੀ ਪਾਰਕਿੰਗ 'ਚ ਆ ਗਏ ਆਪਾਂ, ਅਤੇ ਹੁਣ ਗੱਡੀ ਪਾਰਕ ਕਰਦੇ ਹਾਂ, ਅਤੇ ਫਿਰ ਆਪਾਂ ਚੱਲਦੇ ਹਾਂ ਮੱਥਾ ਟੇਕਣੇ। ਸ਼ਾਂਤੀ ਮਿਲਦੀ ਹੈ ਇੱਥੇ ਆ ਕੇ। ਦਰਬਾਰ ਸਾਹਿਬ
धर्म सिंह मार्केट। रूम वाले कर रहे हैं, अजे संगत नहीं आएगी, मॉर्निंग टाइम है। जी जलियांवाला बाग, सबनों पता इतने कितना कुछ होया ते कितना माड़ा काम होया से इतने जलियांवाले बाग। रूह कंब जाती है अज भी वो चीज़ों को याद करके। अगे दरबार साहब, लो जी आप आ गए दरबार साहब, जिथे सबे थाम नहीं बदजे हजे। परमात्मा हर एक की इच्छा पूरी करे ते हर एक नू इत्थे लेके आवे, सब दियां मनोकामना पूर्ण करी परमात्मा, सब नू खुश रखी ते सुख शांति नाल इत्थों तक पहुँचे हाँ परमात्मा, मेहर करी सब ते बहुत घंट। ते हुण आपां अंदर जाने, इशनान करते हैं ते मत्था टेकते हैं। इत्थे लंगर यानी कि दाल खान रही है, चाह का लंगर तैयार हो रहा, बड़ियां बड़ियां लगियां हुई ये लंगर हाल आई श्री अमृतसर साहब। सवेर के 4 बजे हुए है जी, तो अमृत वेला तो संगत हजे मत्था टेकन गई हुई है। जो रात वाली संगत आ वो प्रशादी छक रही है, जा रही है संगत हौली हौली। दरबार साहब पहुँच गए, सारे जने कर लो दर्शन। आप पहुँच चुके हैं जी दरबार साहब। Thank you.
लो जी रब के दर ते मत्था टेक लिया आपां। चलो ये मत्था टेक लिया, चलो ये चाले भाई है मत्था टेक के आपां ते चलिए घर। आपां दरबार साहब मत्था टेक के उस तो बाद बाबा दीप सिंह जी के गुरुद्वारे मत्था टेक के हम बासवी चाले पाने। तो इस ब्लॉग लिए इन्ना कि धन्यवाद जी थोड़ा, रब सब दिया मनोकामना पूर्ण करे।